ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅਲੀ ਕਮਾਇਲ ਸੋ ਫਰੈਂਡਸ ਜਿਸ ਤਰ੍ਹਾਂ ਵੀ ਨਿਊ ਕਿਊ ਕਾਰਦੀ ਅਪਡੇਟ ਆਉਂਦੀ ਹੈ ਸੋ ਸਾਰਾ ਤੋਂ ਪਹਿਲਾਂ ਤੁਹਾਡੇ ਨਾਲ ਇਸ ਚੈਨਲ ਤੇ ਸ਼ੇਅਰ ਕਰਦੇ ਆ ਸੋ ਗਾਇਜ਼ ਹੁਣ ਮਈ ਟੂ ਅਗਸਟ 2021 ਫਰਸਟ ਵਰਜਨ ਜਿਹੜਾ ਕਿ ਰਿਲੀਜ਼ ਹੋ ਚੁੱਕਿਆ ਸੋ ਗਾਇਜ਼ ਇਸ ਵੀਡੀਓ ਵਿੱਚ ਤੁਹਾਨੂੰ ਫੁੱਲ ਰਿਵਿਊ ਦੇਖਣ ਨੂੰ ਮਿਲੇਗਾ ਸੋ ਗਾਇਜ਼ ਫਰਸਟ ਗੱਲ ਕਰਦੇ ਆ ਇਹ ਬੁੱਕ ਦੀ ਇੰਗਲਿਸ਼ ਗ੍ਰਾਮਰ ਇਨ ਯੂਜ਼ ਸੋ ਗਾਇਜ਼ ਰੈਮਬਡ ਮਾਰਫੀ ਦੁਆਰਾ ਬੁੱਕ ਬਣਾਈ ਗਈ ਹੈ ਸੋ ਗ੍ਰਾਮਰ ਦੇ ਵਿੱਚ ਜਿੰਨਾ ਵੀ ਸਟੂਡੈਂਟ ਨੂੰ ਪ੍ਰੋਬਲਮ ਆਉਂਦੀ ਆ ਬੁੱਕ ਦਾ ਲਿੰਕ ਡਿਸਕ੍ਰ ਗਾਈਜ਼ ਹੁਣ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਆਂ। ਓਕੇ ਗਾਈਜ਼ ਇਹ ਤੁਸੀਂ ਦੇਖ ਸਕਦੇ ਹੋ ਕਿ ਮੱਕਰ ਆਇਲ ਸਪੀਕਿੰਗ ਗੈਸਵਰਕ ਮਈ 2 ਅਗਸਤ 2021 ਫਰਸਟ ਵਰਜ਼ਨ। ਸੋ ਗਾਈਜ਼ ਇਹ ਰਿਲੀਜ਼ ਹੋ ਚੁੱਕਿਆ ਹੈ। ਸੋ ਹੁਣੇ-ਹੁਣੇ ਹੀ ਆਪਣੇ ਕੋਲੇ ਵੀ ਇਹ ਪੀਡੀਐਫ ਅਵੇਲੇਬਲ ਹੋਇਆਗਾ। ਸੋ ਗਾਈਜ਼ ਮੈਂ ਤੁਹਾਨੂੰ ਥੋੜੇ ਨਾਲ ਇਸ ਦਾ ਰਿਵਿਊ ਜਿਹੜਾ ਫੁੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ। ਸੋ ਵੀਡੀਓ ਨੂੰ ਕੰਟੀਨਿਊ ਦੇਖੀ ਰਹੋ। ਸੋ ਫਰੈਂਡਸ ਇਹ ਤੁਸੀਂ ਦੇਖ ਸਕਦੇ ਹੋ ਟੇਬਲ ਆਫ ਕੰਟੈਂਟ ਫਰਸਟ ਕਯੂ ਕਾਰਡ ਜਿਹੜਾ ਕਿ ਆਇਆ ਡਿਸਕ੍ਰਾਈਬ ਅ ਸਟਰੀਟ ਮਾਰਕੀਟ ਇਨ ਯੂਅਰ ਸਿ ਸੋ ਇਸੇ ਤਰ੍ਹਾਂ ਮੈਂ ਤੁਹਾਨੂੰ ਸਾਰੇ ਕਿਊ ਕਾਰਡ ਦਾ ਤੁਸੀਂ ਸਕਰੀਨਸ਼ਾਟ ਲੈ ਲਓ ਮੈਂ ਥੋੜਾ ਵੇਟ ਕਰ ਲਾਂਗਾ ਉਸ ਤਰ੍ਹਾਂ ਸੋ ਬਾਕੀ ਤੁਸੀਂ ਕਿਊ ਕਾਰਡ ਖੁਦ ਦੇਖ ਸਕਦੇ ਹੋ ਸੋ ਓਕੇ ਗਾਇਜ਼ 14 ਤੋਂ ਲੈ ਕੇ 27 ਤੱਕ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਕਿਊ ਕਾਰਡ ਜਿਹੜੇ ਇਸ ਦੇ ਵਿੱਚ ਦੇਖ ਸਕਦੇ ਹੋ ਸੋ ਗਾਇਜ਼ ਇਸ ਦੇ ਵਿੱਚ ਕਿਊ ਕਾਰਡ ਮੈਂ ਤੁਹਾਨੂੰ ਦੱਸ ਦਿਆਂ ਅ ਜਿਵੇਂ ਤੁਸੀਂ 21 ਕਿਊ ਕਾਰਡ ਦੇ ਸੋ ਡਿਸਕ੍ਰਾਈਬ ਯਰ ਫੇਵਰਿਟ ਮੂਵੀ ਸੋ ਗਾਇਜ਼ ਓਲਡੀ ਕਯੂ ਕਾਰਡ ਪਹਿਲਾਂ ਵੀ ਆ ਚੁੱਕਿਆ ਡਿਸਕ੍ਰਾਈਬ ਯਰ ਫਰਸਟ ਡੇ ਐਟ ਸਕੂਲ 23 ਕਯੂ ਕਾਰਡ ਦੇਖ ਸਕਦੇ ਹੋ ਡਿਸਕਾਇਰਾਈਵ ਐਨ ਐਕੁਆਟਿਕ ਐਨੀਮਲ 24 ਕਯੂ ਕਾਰਡ ਦੇਖ ਸਕਦੇ ਹੋ ਸੋ ਗਾਈਜ਼ ਆਲਮੋਸਟ ਕੁਝ ਕੀ ਕਯੂ ਕਾਰਡ ਚੇਂਜ ਹੁੰਦੇ ਆ 15 ਟੂ 20 ਕਯੂ ਕਾਰਡ ਹੀ ਲਗਭਗ ਚੇਂਜ ਹੁੰਦੇ ਆ ਸੋ ਗਾਈਜ਼ ਬਾਕੀ ਕਯੂ ਕਾਰਡ ਸੇਮ ਹੁੰਦੇ ਨੇ ਬਾਕੀ ਥੋੜੇ ਤੇ ਜਜ ਕਰਦਾ ਕਿ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਪ੍ਰੈਪਰੇਸ਼ਨ ਕਿਸ ਤਰ੍ਹਾਂ ਦੀ ਹੈਗੀ ਸਪੀਕਿੰਗ ਦੀ 129 so, describe a time when you told your friend an important truth so guys ek eh bhi tusi dekh sakde ho ki first version aje final version fer aayega so guys us de vich bhi changes honge thode kyun kar main tonu kiton tak dagaya si ha 42 tak kyun kar da jara screenshot le sakde ho so is to baad 43 to leke apan hun dekh sakde ha describe an interesting conversation that you had ਸੋ ਗਾਇਜ਼ ਇਹ ਤੁਸੀਂ ਦੇਖ ਸਕਦੇ ਹੋ ਡਿਸਕ੍ਰਾਈਬ ਐਨ ਓਕੇਜਨ ਵੈਨ ਯੂ ਐਟ ਅ ਕਾਈਂਡ ਆਫ ਫੂਡ ਫਾਰ ਫਸਟ ਟਾਈਮ ਸੋ ਓਕੇ 56 ਤੱਕ ਕਯੂ ਕਾਰਡ ਥੋੜੇ ਓਕੇ ਸੋ ਗਾਇਜ਼ ਹੁਣ ਤੁਸੀਂ ਲਾਸਟ ਦੇਖ ਸਕਦੇ ਹੋ 57 ਟੂ 67 ਤੱਕ ਸੋ ਗਾਇਜ਼ 67 ਕਯੂ ਕਾਰਡ ਨੇ ਫਸਟ ਵਰਜ਼ਨ ਦੇ ਵਿੱਚ ਸੋ ਗਾਇਜ਼ ਬਾਕੀ ਤੁਸੀਂ ਪੀਡੀਐਫ ਨੂੰ ਇਸ ਨੂੰ ਬਾਇ ਕਰਨਾ ਤਾਂ ਕਰ ਸਕਦੇ ਹੋ ਬਾਕੀ ਕਯੂ ਕਾਰਡ ਆਲਮੋਸਟ 올ਡੇ ਹੁੰਦੇ ਆ ਕੁਝ ਕੇ ਚੇਂਜ ਹੁੰਦੇ ਆ ਕਿਊ ਕਾਰਡ ਹੁਣ ਤੁਸੀਂ ਫਸਟ ਕਿਊ ਕਾਰਡ ਦੇਖ ਸਕਦੇ ਹੋ ਡਿਸਕ੍ਰਾਈਬ ਅ ਸਟਰੀਟ ਮਾਰਕੀਟ ਇਨ ਯੋਰ ਸਿਟੀ ਇਹ ਤੁਸੀਂ ਦੇਖ ਸਕਦੇ ਹੋ ਗਾਇਸ ਇਸ ਤੋਂ ਇਲਾਵਾ ਸੈਕੰਡ ਕਿਊ ਕਾਰਡ ਦੇਖ ਲੈਨੇ ਆਪਾਂ ਡਿਸਕ੍ਰਾਈਬ ਐਨ ਆਰਗੂਮੈਂਟ ਟੂ ਆਫ ਯੋਰ ਫਰੈਂਡਸ ਹੈਡ ਸੋ ਇਹ ਮੈਨੂੰ ਕੁਝ ਨਿਊ ਲੱਗ ਰਿਹਾ ਸੋ ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਸ ਤੋਂ ਇਲਾਵਾ ਹਾਂ ਲਾਸਟ ਬਸ ਸੋ ਕੇ ਗਾਇਸ ਹੁਣ ਆਪਾਂ ਥਰਡ ਕਿਊ ਕਾਰਡ ਵੱਲ ਚੱਲਦੇ ਹਾਂ ਤੇ ਇਹਦੇ ਫੋਲੋ ਅਪਸ ਨੇ ਡਿਸਕ੍ਰਾਈਬ ਅ ਨੇਚਰਲ ਟੈਲੈਂਟ ਯੂ ਵਾਂਟ ਟੂ ਇੰਪਰੂਵ ਲਾਈਕ ਸਪੋਰਟਸ 뮤직 ਸੋ ਗਾਇਜ਼ ਨਿਊ ਕਿਊ ਕਾਰਡ ਹੈ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਬਾਕੀ ਤੁਸੀਂ ਰੀਡ ਖੁਦ ਹੀ ਕਰ ਸਕਦੇ ਹੋ ਇੰਨਾ ਰੀਡ ਮੈਂ ਤੁਹਾਨੂੰ ਕਰਵਾ ਵੀ ਨਹੀਂ ਸਕਦਾ ਸੋ ਇਹ ਤਾਂ ਤੁਸੀਂ ਆਪਣੇ ਬਾਕੀ ਡਿਪੈਂਡ ਵੀ ਤੁਹਾਡੇ ਉੱਤੇ ਹੀ ਕਰਦਾ ਹੈ ਤੁਸੀਂ ਕਿੰਨਾ ਕਿਸ ਤਰ੍ਹਾਂ ਦੀ ਪ੍ਰੈਪਰੇਸ਼ਨ ਕਰਦੇ ਹੋ ਕਿਵੇਂ ਸਕਰੀਨਸ਼ਾਟ ਲੈ ਲਓ ਗਾਇਜ਼ ਇਸ ਦੇ ਸੋ ਤੁਸੀਂ ਪ੍ਰੈਪਰੇਸ਼ਨ ਕਰ ਸਕਦੇ ਹੋ ਇਸ ਤੋਂ ਇਲਾਵਾ ਗਾਇਜ਼ ਜੇ ਤੁਸੀਂ ਬਾਈ ਕਰਨਾ ਫਾਈਨਲ ਵਰਜ਼ਨ ਹੀ ਬਾਈ ਕਰਿਓ ਸੋ ਕਿਉਂਕਿ ਫਿਰ ਰਿਲੀਜ਼ ਹੋਣੀ ਹੈ ਹਫਤਾ ਠਹਿਰ ਕੇ ਹੋ ਜੇ ਰਿਲੀਜ਼ ਹੋਣਾ ਹੀ ਉਹ ਫਾਈਨਲ ਵਰਜ਼ਨ ਰਿਲੀਜ਼ ਹੋਣਾ ਸੋ ਉਸ ਨੂੰ ਬਾਏ ਕਰਨ ਦੀ ਮੈਂ ਤੁਹਾਨੂੰ ਐਡਵਾਈਸ ਕਰਾਂ ਗਾਇਸ ਡਿਸਕ੍ਰਾਈਬ ਲਾ ਔਨ এনवायरमेंटਲ ਪ੍ਰੋਟੈਕਸ਼ਨ 4th ਕਯੂ ਕਾਰਡ ਆ ਗਾਇਸ ਸੋ ਇਹ ਤੁਸੀਂ ਦੇਖ ਸਕਦੇ ਹੋ ਸੋ ਗਾਇਸ ਮੈਂ ਫੁੱਲ ਕਯੂ ਕਾਰਡ ਸਾਰੇ ਪੀਡੀਫ ਦੇ 67 ਤੁਹਾਨੂੰ ਸ਼ੇਅਰ ਨਹੀਂ ਕਰਾਂਗਾ ਇਸ ਵੀਡੀਓ ਵਿੱਚ ਸੋ ਗਾਇਸ ਇਹ ਫਰਸਟ ਦੇ ਜਿਹੜੇ ਕਿ ਤੁਹਾਡੇ ਨਾਲ ਮੈਂ ਲਗਭਗ 10 ਕਯੂ ਕਾਰਡ ਤੱਕ ਸ਼ੇਅਰ ਕਰ ਦਾਂਗਾ ਕਿਉਂਕਿ ਉਹੀ ਨਿਊ ਨੇ ਬਾਕੀ 올ਡ ਕਯੂ ਕਾਰਡ ਨੇ ਲਗਭਗ ਆਲਮੋਸਟ ਮਿਨਿਮਮ ਥੋੜੇ ਚੇਂਜੇਸ ਹੀ ਨੇ ਉਹਨਾਂ ਵਿੱਚ ਡਿਸਕ੍ਰਾਈਬ ਲਾ ਆਨ এনवायरमेंटਲ ਪ੍ਰੋਟੈਕਸ਼ਨ ਸੋ ਇਹ ਕਿਉਂ ਕਰ ਦੇਖ ਸਕਦੇ ਹੋ ਤੁਸੀਂ ਸਕਰੀਨਸ਼ਾਟ ਲੈ ਲਓ ਇਸ ਦਾ ਗਾਇਜ਼ ਬਾਕੀ ਗਾਇਜ਼ ਅਗਰ ਬਹੁਤ ਸਾਰੇ ਸਟੂਡੈਂਟ ਇਹ ਸੋਚਦੇ ਹਨ ਕਿ ਸਾਨੂੰ ਇਹ ਇਹੀ ਵੀ ਪੀਡੀਐਫ ਸੈਂਡ ਕਰ ਦਿਓ ਸੋ ਗਾਇਜ਼ ਇਲੀਗਲ ਹੋਏਗਾ ਅਸੀਂ ਇਦਾਂ ਸੈਂਡ ਕਰ ਨਹੀਂ ਸਕਦੇ ਤੁਹਾਨੂੰ ਸੋ ਗਾਇਜ਼ ਅਸੀਂ ਵੀ ਇਹ ਮਤਲਬ ਕਿ ਬਾਈ ਕਰਿਆ ਹੋਇਆ ਜਾਂ ਕਿਸੇ ਤੋਂ ਲਿਆ ਜਿਵੇਂ ਵੀ ਕਹਿ ਸਕਦੇ ਆ ਤੇ ਇਸ ਤਰ੍ਹਾਂ ਅਸੀਂ ਤੁਹਾਨੂੰ ਸੈਂਟਰ ਵੀ ਨਹੀਂ ਕਰ ਸਕਦੇ ਗਾਇਸ ਕਿਉਂਕਿ ਉਹਨਾਂ ਦਾ ਕਾਪੀਰਾਈਟਡ ਕੰਟੈਂਟ ਹੈਗਾ ਡਿਸਕ੍ਰਾਈਬ ਅ ਟਾਊਨ অর ਸਿਟੀ ਵੇਅਰ ਯੂ ਊਡ ਲਾਈਕ ਟੂ ਲਿਵ ਇਨ ਯੂਅਰ ਇਨ ਦਾ ਫਿਊਚਰ ਸੋ ਗਾਇਸ 올ਡ ਹੈਗਾ ਡਿਸਕ੍ਰਾਈਬ ਅ ਪਜ਼ਲ ਜੀ ਕਰਾਸਵਰਡ অর ਯੂ ਹੈਡ ਅ ਪਲੇਸ ਸੋ ਗਾਇਸ ਇਹ ਤੁਸੀਂ ਦੇਖ ਸਕਦੇ ਹੋ ਇਹ ਨਿਊ ਹੈਗਾ ਥੋੜਾ ਜਿਆਦਾ ਇਸ ਤਰ੍ਹਾਂ ਦੇ ਕਿਊ ਕਾਰਡ ਨੂੰ ਬਣਾਉਣ ਦੇ ਵਿੱਚ ਡਿਫਿਕਲਟੀ ਆਉਂਦੀ ਆਪਾਂ ਨੂੰ ਸੋ ਇਹ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਲੂ ਗਾਇਸ ਇਸ ਦਾ ਇਟ ਵਾਸ ਵੈਰੀ ਚੈਲੰਜਿੰਗ ਐਂਡ ਆਫਟਰ ਸਪੈਂਡਿੰਗ 2 ਆਰ ਔਨ ਇਟਸ ਵਾਸ ਲਾਸਟ ਲਾਈਨ ਠੀਕ ਹੈ ਸੋ ਸੋ ਕੇ ਸੋ ਕੇ ਗਾਇਸ ਸੈਵਨ ਕਿਉਂ ਕਰ ਡਿਸਕ੍ਰਾਈਬ ਏ ਲਾਈਵ ਸਪੋਰਟ ਮੈਚ ਦੈਟ ਯੂ ਹੈਵ ਵਾਚਡ ਸੋ ਗਾਇਸ ਇਹ ਤੁਸੀਂ ਦੇਖ ਸਕਦੇ ਹੋ ਸੋ ਕਾ ਕਿਉਂ ਕਰਦਾ ਪ੍ਰਵੇਰ ਵੀ ਕਰਨਾ ਆਈਪੀਐਲ ਚੱਲ ਰਿਹਾ ਤੁਸੀਂ ਕੁਝ ਵੀ ਸਟੋਰੀ ਇਸ ਦੇ ਵਿੱਚ ਤੁਸੀਂ ਬਣਾ ਸਕਦੇ ਹੋ So, सो तो अलावा गाइज इसका स्क्रीन शॉट लै लो एट क्यू हैं गाइज डिस्क्राइब एन आर्टिकल ऑन हेल्थ यू रीड इन ए मैगजीन और ऑन द इंटरनेट सो so, गाइज़ ईजी है बाकी तुम स्क्रीनशॉट लै लो बहुत ईजी है सो so, के okay, स्क्रीन शॉट मेरे ख्याल में ही लिया होगा मैं थोड़ा जहा फास्ट जा रहा गाइज़ क्योंकि वीडियो बहुत ज़्यादा लंबी हो रही डिस्क्राइब ए प्लेन इन यूअर लाइफ दैट इज़ नाट ਰਿਲੇਟਡ ਟੂ ਵਰਕ ਔਰ ਸਟੱਡੀ ਸੋ ਗਾਇਜ਼ ਇਹ ਵੀ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਸਾਰੇ ਕਿਊ ਕਾਰਡ ਦੇ ਲੈ ਸਕਦੇ ਹੋ ਤੇ ਲਾਸਟ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਡਿਸਕ੍ਰਾਈਬ ਐਨ ਓਕੇਜਨ ਵੈਨ ਯੂ ਵਰ ਨਾਟ ਅਲਾਉਡ ਟੂ ਯੂਜ਼ ਯੂਅਰ ਮੋਬਾਈਲ ਫੋਨ ਸੋ ਗਾਇਜ਼ ਥੋੜਾ ਡਿਫਰੈਂਟ ਹੈਗਾ ਸੋ ਗਾਇਜ਼ ਇਸ ਤਰ੍ਹਾਂ ਦੇ ਕਿਊ ਕਾਰਡ ਨੂੰ ਪ੍ਰੀਪੇਅਰ ਕਰੋ ਸੇਵ ਦਾ ਸਕਰੀਨਸ਼ਾਟ ਲੈ ਲਓ ਸੋ ਓਕੇ so 11 describe a piece of local news that people are interested in so guys ye tusi dekh sakde ho what it what it was about where you saw you, uh, who was involved and explain why people were interested in it so ye cues ne is te so okay guys ye hega new jehda ke cue card da jehda pdf aaya hega so main dobara tuhanu fir share kar dena guys is de ya jehda table of content hega ਸੋ ਓਕੇ ਤੁਸੀਂ ਜੇ ਸਕਰੀਨਸ਼ਾਟ ਇਹਨਾਂ ਦਾ ਨਹੀਂ ਲੈਤਾ ਫਿਰ ਦੁਬਾਰਾ ਲੈ ਸਕਦੇ ਹੋ ਸੋ 13Q ਕਾਰਡ ਤੱਕ ਹੈ ਉਸ ਤੋਂ ਇਲਾਵਾ ਗਾਈਜ਼ ਅ ਗ੍ਰਾਮਰ ਦੀ ਬੁੱਕ ਦਾ ਲਿੰਕ ਤੁਹਾਨੂੰ ਮਿਲ ਜੇਗਾ ਡਿਸਕ੍ਰਿਪਸ਼ਨ ਵਿੱਚ ਸੋ ਗਾਈਜ਼ ਉਸ ਬੁੱਕ ਨੂੰ ਨਹੀਂ ਬਾਏ ਕੀਤਾ ਤਾਂ ਕਰ ਲਿਓ ਗਾਈਜ਼ ਬਹੁਤ ਹੀ ਵੈਲਿਊਏਬਲ ਕੰਟੈਂਟ ਦਿੱਤਾ ਹੋਇਆ ਉਸ ਦੇ ਵਿੱਚ ਸੋ 52 ਰੁਪੀਜ਼ ਦੇ ਵਿੱਚ ਅਵੇਲੇਬਲ ਹੈ ਕਿਉਂਕਿ ਉਸ ਤੇ ਗਾਈਜ਼ 65% ਆਫ ਚੱਲ ਰਿਹਾ ਸੋ ਅਸੀਂ ਉਸ ਬੁੱਕ ਨੂੰ ਤੁਹਾਨੂੰ ਦੇ ਰਹੇ ਹਾਂ ਓਨਲੀ 52 ਰੁਪੀਜ਼ ਦੇ ਵਿੱਚ ਸੋ ਗਾਈਜ਼ ਉਸ ਜੇ ਸਾਡੇ ਰੈਫਰਲ ਲਿੰਕ ਤੋਂ ਉਸ ਤੋਂ ਤੁਸੀਂ ਬਾਏ ਕਰਦੇ ਹੋ ਤਾਂ 52 ਰੁਪੀਜ਼ ਵਿੱਚ ਮਿਲ ਜੇਗੀ 60% ਆਫ ਤੁਹਾਨੂੰ ਸੋ ਗਾਇਜ਼ ਉਸ ਨੂੰ ਬਾਏ ਕਰ ਲਿਓ ਬਹੁਤ ਸਾਰੇ ਸਟੂਡੈਂਟ ਬਾਏ ਕਰ ਚੁੱਕਿਆ ਸੋ ਕੈਮਬ੍ਰਿਜ ਦੀ ਅਫੀਸ਼ੀਅਲ ਬੁੱਕ ਹੈ ਰੈਮਨ ਮਰਫੀ ਦੁਆਰਾ ਦੁਆਰਾ ਬਣਾਈ ਗਈ ਸੋ ਗਾਇਜ਼ ਬਹੁਤ ਹੀ ਵੈਲਿਊਏਬਲ ਕੰਟੈਂਟ ਮਿਲੇਗਾ ਉਸ ਦੇ ਵਿੱਚ ਵਿਜ਼ੂਅਲੀ ਕੰਟੈਂਟਾਂ ਇਮੇਜ ਦੇ ਨਾਲ ਤੁਹਾਨੂੰ ਸਮਝ ਆਏਗੀ ਗ੍ਰਾਮਰ ਤੁਸੀਂ ਬਹੁਤ ਹੀ ਅੱਛੀ ਕਰ ਲਓਗੇ ਆਪਣੀ ਸੋ ਓਕੇ ਗਾਇਜ਼ ਆਈ ਹੋਪ ਇਹ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਏਗੀ ਸੋ ਓਕੇ ਗਾਈਜ਼ ਥੈਂਕ ਯੂ ਟੇਕ ਕੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਗਾਈਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਓਕੇ